साला पता लग जाए दुनिया नु कि आया धरती से। बंदा मरन लई शरीर नहीं जिगरा चाहिदा। झूठ दा आटर हो गया नी ओ तेरे यार नु पतलिए ना। ठीक है फिल्म बंदी भी जी सुखा गल मत एक। ठीक है मैं अज जल साहब नु एक एप्लीकेशन दे दंदे आ ਵੀ ਉਹਨੂੰ ਰੋਕਣ ਦੇ ਲਈ ਵੀ ਉਹ ਫਿਲਮ ਰੋਕੋ। ਇੱਕ ਮਿੰਟ ਸਰ, ਇੱਕ ਮਿੰਟ ਪਹਿਲਾਂ ਮੈਂ ਗੱਲ ਕਰ ਲਵਾਂ। ਠੀਕ ਹੈ ਉਸ ਤੋਂ ਬਾਅਦ ਮੈਂ ਅੰਦਰ ਵੀ ਜਾਵਾਂਗਾ, ਜ਼ਰੂਰੀ ਹੈ। ਠੀਕ ਹੈ ਠੀਕ ਹੈ ਮੈਨੂੰ ਕਰੂੰਗਾ। ਠੀਕ ਹੈ ਫਿਲਮ ਬੰਦੀ ਵੀ ਜੀ ਸੁੱਖਾ ਗੱਲ ਮਤ ਇੱਕ। ਠੀਕ ਹੈ ਮੈਂ ਅੱਜ ਜਲ ਸਾਹਿਬ ਨੂੰ ਇੱਕ ਐਪਲੀਕੇਸ਼ਨ ਦੇਣ ਦਿਆ ਵੀ ਉਹਨੂੰ ਰੋਕਣ ਦੇ ਲਈ ਵੀ ਉਹ ਫਿਲਮ ਰੋਕੋ। ਇੱਕ ਮਿੰਟ ਸਰ, ਇੱਕ ਮਿੰਟ ਮੈਨੂੰ ਕਰੂੰਗਾ। ਪਹਿਲਾਂ ਮੈਂ ਗੱਲ ਕਰ ਲਵਾਂ। ਠੀਕ ਹੈ ਉਸ ਤੋਂ ਬਾਅਦ ਮੈਂ ਅੰਦਰ ਵੀ ਜਾਵਾਂਗਾ, ਜ਼ਰੂਰੀ ਹੈ। ਠੀਕ ਹੈ ਠੀਕ ਹੈ ਮੈਨੂੰ ਕਰੂੰਗਾ। ਸੁੱਖਾ ਕਾਲੋਂ ਆਪਣੀ ਜ਼ਿੰਦਗੀ 'ਚ ਮੰਨਿਆ ਪਰਮੰਨਿਆ ਗੈਂਗਸਟਰ ਜਿਸ ਨੂੰ ਵਿੱਕੀ ਗੋਂਡਰ ਵੱਲੋਂ ਮਾਰ ਦਿੱਤਾ ਗਿਆ, ਜਿਸ ਦੇ ਜੀਵਨ 'ਤੇ ਆਧਾਰਿਤ ਫਿਲਮ ਵੀ ਬਣ ਚੁੱਕੀ ਹੈ ਜੋ 21 ਫਰਵਰੀ ਨੂੰ ਰਿਲੀਜ਼ ਹੋਣੀ ਹੈ। ਅਤੇ ਰਿਲੀਜ਼ਿੰਗ ਤੋਂ ਪਹਿਲਾਂ ਫਿਲਮ ਵਿਵਾਦਾਂ 'ਚ ਘਿਰਦੀ ਦਿਖਾਈ ਦੇ ਰਹੀ ਹੈ। ਇਸ ਫਿਲਮ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜੋ ਰਾਜਾ ਨਾਂ ਦਾ ਗੈਂਗਸਟਰ ਆ, ਜੋ ਉਮਰ ਕੈਦ ਦੀ ਸਜ਼ਾ ਉਸਨੇ ਪਟਿਆਲਾ ਕੋਰਟ 'ਚ ਅਰਜ਼ੀ ਦਾਖਲ ਕੀਤੀ ਅਤੇ ਫਿਲਮ 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ। ਠੀਕ ਹੈ ਫਿਲਮ ਬੰਦੀ ਵੀ ਜੀ ਸੁੱਖਾ ਗੱਲ ਮਤ ਇੱਕ। ਠੀਕ ਹੈ ਮੈਂ ਅੱਜ ਜਲ ਸਾਹਿਬ ਨੂੰ ਇੱਕ ਐਪਲੀਕੇਸ਼ਨ ਦੇਣ ਦਿਆ ਵੀ ਉਹਨੂੰ ਰੋਕਣ ਦੇ ਲਈ ਵੀ ਉਹ ਫਿਲਮ ਰੋਕੋ। ਪਹਿਲਾਂ ਮੈਂ ਗੱਲ ਕਰ ਲਵਾਂ। ਠੀਕ ਹੈ ਉਸ ਤੋਂ ਬਾਅਦ ਮੈਂ ਅੰਦਰ ਵੀ ਜਾਵਾਂਗਾ, ਜ਼ਰੂਰੀ ਹੈ। ਠੀਕ ਹੈ ਠੀਕ ਹੈ ਮੈਨੂੰ ਕਰੂੰਗਾ। ਪੰਡਿਤ ਰਾਓ ਤ੍ਰੇਨਵਰ ਨੇ ਪੰਜਾਬੀ ਟੀਵੀ ਨਾਲ ਖਾਸ ਗੱਲਬਾਤ ਕੀਤੀ। ਕਹਿਣ ਦਾ ਭਾਵ ਹੈ ਇਸ ਤਰ੍ਹਾਂ ਦੀ ਗਾਣੇ ਭਾਵੇਂ ਗਾਣੇ ਹੋਵੇ ਭਾਵੇਂ ਸਿਨੇਮਾ ਹੋਵੇ ਆਉਣਾ ਹੀ ਗਲਤ ਹੈ। ਭਾਵੇਂ ਬਹੁਤ ਫਿਲਮ ਆ ਚੁੱਕੇ ਨੇ ਬਹੁਤ ਪਹਿਲੇ, ਪਰ ਹੁਣ ਜਿਹੜੇ ਫਿਲਮ ਆ ਰਹੇ ਨੇ ਸੁੱਖਾ ਕਾਲੋ ਦੇ ਬਾਰੇ, ਇਸਦੀ ਜਿਹੜੇ ਗਾਣਾ ਆਇਆ ਹੈ ਇਸਦੇ ਬਿਨਾਂ ਪਰਮਿਸ਼ਨ ਜਨਤਕ ਪਹੁੰਚਿਆ ਹੈ, ਉਹ ਗਲਤ ਹੈ, ਗੈਰ ਕਾਨੂੰਨੀ ਹੈ। ਇਸਦੇ ਖਿਲਾਫ਼, ਇਸ ਗਾਣੇ ਦੇ ਖਿਲਾਫ਼, ਪ੍ਰੋਮੇ ਦੇ ਗਾਣੇ ਦੇ ਖਿਲਾਫ਼ ਵੀ ਅਸੀਂ ਕੋਰਟ ਜਾਣ ਵਾਲੇ ਹੈ। ਤੇ ਦੇ ਕੁਛ ਨੌਜਵਾਨ ਨੇ ਜੱਜ ਸਾਹਿਬ ਨੂੰ ਜਿਹੜੇ ਖਤ ਦਿੱਤਾ ਹੋਇਆ ਉਹ ਵੀ ਅਸਰ ਪਵੇਗਾ। ਮੈਨੂੰ ਲੱਗਦਾ ਹੈ ਅਜੇ ਜਾਗਰੂਕਤਾ ਨਾ ਸਿਰਫ ਪੰਜਾਬ ਦੇ ਸਮਾਜ ਦੇ ਵਿੱਚ ਸ਼ੁਰੂ ਹੋਇਆ ਹੈ, ਬਲਕਿ ਜੇਲ੍ਹ ਦੇ ਵਿੱਚ ਬੰਦੀ ਕੈਦੀ ਵੀ ਆਵਾਜ਼ ਉਠਾ ਰਹੇ ਨੇ, ਕਿਉਂਕਿ ਤੁਹਾਡੇ ਸਵਾਲ ਦੀ ਜਵਾਬ ਦਾ ਸਿੱਧਾ ਉੱਤਰ ਜਿਹੜੇ ਨੌਜਵਾਨ ਜੇਲ੍ਹ ਤੋਂ ਪੱਤਰ ਦਿੱਤੇ ਨੇ ਜੱਜ ਸਾਹਿਬ ਨੂੰ, ਉੱਥੇ ਤੁਹਾਨੂੰ ਦਿਸਦਾ ਹੈ ਕਿ ਅਜਿਹੇ ਫਿਲਮ ਅਜਿਹੇ ਗਾਣੇ ਸਾਡੇ ਨੌਜਵਾਨ ਤੇ ਬਹੁਤ ਬੁਰਾ ਅਸਰ ਪੈਂਦਾ। ਤੇ 22/7/2019 ਦੀ ਜੱਜ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੀ ਜੇ ਹਿਦਾਇਤ ਦੇ ਵਿੱਚ ਵੀ ਲਿਖਿਆ ਗਿਆ ਹੈ ਕਿ ਅਜਿਹੇ ਗਾਣੇ ਅਜਿਹੇ ਹਰਕਤ ਸਾਡੇ ਬੱਚੇ ਤੇ ਅਸਰ ਪੈਂਦਾ ਹੈ। ਦਰਅਸਲ ਸੁੱਖਾ ਕਾਲੋ ਜਲੰਧਰ ਦੇ ਨਜ਼ਦੀਕ ਕਾਲੋ ਪਿੰਡ ਦਾ ਰਹਿਣ ਵਾਲਾ ਸੀ, ਜਿਸ ਦਾ ਸਾਰਾ ਪਰਿਵਾਰ ਅਮਰੀਕਾ ਸੈੱਟ ਸੀ। ਪਰ ਮੰਨਿਆ ਇਹ ਵੀ ਜਾਂਦਾ ਹੈ ਕਿ ਜਲੰਧਰ ਦੇ ਕਾਂਗਰਸ ਲੀਡਰ ਨੇ ਸੁੱਖਾ ਕਾਲੋ ਦਾ ਕਤਲ ਕਰਵਾ ਦਿੱਤਾ, ਕਿਉਂਕਿ ਕਿਸੇ ਵੇਲੇ ਸੁੱਖਾ ਕਾਲੋ ਦੀ ਉਸ ਲੀਡਰ ਨਾਲ ਕਾਫੀ ਨੇੜਤਾ ਵੀ ਸੀ। ਤੇ ਵਿੱਕੀ ਗੋਂਡਰ ਜਿਸ ਨੇ ਸੁੱਖਾ ਕਾਲੋ ਨੂੰ ਮਾਰਿਆ, ਇਹ ਵੀ ਦੋਵੇਂ ਇੱਕ ਦੂਜੇ ਦੇ ਅਜੀਜ਼ ਦੋਸਤ ਸਨ। ਹਾਲਾਂਕਿ ਸੁੱਖਾ ਕਾਲੋ ਨੇ ਵਿਆਹ ਕਰਵਾਇਆ ਤੇ ਬਾਅਦ 'ਚ ਆਸਟ੍ਰੇਲੀਆ ਵੀ ਗਿਆ ਤੇ ਬਾਅਦ 'ਚ ਭਾਰਤ ਆਇਆ ਤੇ ਫਿਰ ਲੜਕੀ ਨੂੰ ਤਲਾਕ ਦੇ ਦਿੱਤਾ ਜਾਂਦਾ ਹੈ।